ਅਸਲਾਮ ਵਾਲੇਕਮ ਮੈਂ ਹਾਕਮ ਮਜੀਦ ਤੇ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਆਕਿਫ 5 ਅਫੀਸ਼ੀਅਲ ਵੀਰ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੇਰੀ ਛੋਟੀ ਜਿਹੀ ਰਿਕੁਐਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਵੇਖੋ ਥੋੜਾ ਸਬਸਕ੍ਰਾਈਬ ਕਰਨਾ ਕੁਝ ਨਹੀਂ ਜਾਣਾ ਲੇਕਿਨ ਮੇਰਾ ਬਹੁਤ ਫਾਇਦਾ ਹੋ ਸਕਦਾ ਉਸ ਚੀਜ਼ ਨਾਲ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਇਸ ਮੇਰੇ ਚੈਨਲ ਨੂੰ ਤੇ ਫਿਰ ਸ਼ੁਰੂ ਕਰਨੇ ਅੱਜ ਦੀ ਮਜ਼ੇਦਾਰ ਵੀਡੀਓ ਕੱਲ ਦੀ ਡੇਟ ਦੇ ਅੰਦਰ ਜਿਹੜੀ ਮੈਂ ਵੀਡੀਓ ਅਪਲੋਡ ਕਰ ਰਿਹਾ ਇਸ ਤੋਂ ਕੱਲ ਦੀ ਡੇਟ ਦੇ ਅੰਦਰ ਵਿਹਲੇ ਮੁੰਡੇ ਦੀ ਸ਼ਾਦੀ ਹੋ ਚੁੱਕੀ ਹੈ ਔਰ ਮਲਕ ਰਿ ਵੇਖੋ ਹੁਣ ਕੋਈ ਬੰਦਾ ਉਹਨਾਂ ਦੇ ਬਾਰੇ ਬੈਡ ਕਮੈਂਟ ਕਰ ਰਿਹਾ ਹੈ ਕੋਈ ਕਿਵੇਂ ਕੋਈ ਕੀ ਕੀ ਕਹਿ ਰਿਹਾ ਹੈ ਕੋਈ ਕੀ ਕਹਿ ਰਿਹਾ ਹੈ ਲੇਕਿਨ ਜਿਹੜਾ ਮੇਰੇ ਖਿਆਲات ਨੇ ਉਹ ਇਹ ਨੇ ਕਿ ਯਾਰ ਉਸ ਬੰਦੇ ਨੂੰ ਫੇਮ ਦਿੱਤਾ ਹੈ ਅੱਲਾਹ ਤਾਲਾ ਨੇ ਠੀਕ ਹੈ ਉਸ ਬੰਦੇ ਨੇ ਮਿਹਨਤ ਕੀਤੀ ਹੈ ਵੇਲੇ ਮੁੰਡੇ ਨੇ ਫਿਰ ਉਸ ਤੋਂ ਬਾਅਦ ਉਹਨੇ ਮਲਕ ਉਮੈਰ ਨੂੰ ਮਲਕ ਰਿਜ਼ਵਾਨ ਨੂੰ ਆਪਣੇ ਨਾਲ ਸ਼ਾਮਲ ਕਰ ਰਿਹਾ ਉਹਨਾਂ ਨੂੰ ਯਾਨੀ ਕਿ ਉਹਨਾਂ ਦੀ سپورਟ ਕੀਤੀ ਅੱਜ ਉਹ ਵੀ ਇੱਕ ਹਾਈ ਲੈਵਲ ਤੇ ਨੇ यार फायदा नहीं है सूँ इस तरह किसी के बारे बुरा कहना अगर किसी बंद उन्हें जाति मिसाल बंदे को जानियां ने यार मैं यही कहता किसी उन्हें जाति नहीं की थी। अगर उसति हो तो ठीक थी। है यार तू तो दुआ सलाम नहीं रख तो इस तरह यानी कि वो करना या किसी के बारे गलत कहना वो अच्छी गल नहीं तो खैर बहरहाल जी उन्होंने शादी की रूटीन की आई वो भी थोड़ा दसने चल के लेकिन मेरे वेखने तो अच्छा इंसान है यार अपने काम काम रखने वाला बंदा है ਹੁਣ ਵੇਖੋ ਕਿ ਕਈ ਬੰਦੇ ਕਹਿੰਦੇ ਨੇ ਕਿ ਵੀਡੀਓ ਬਣਾਉਣ ਦੇ ਪੈਸੇ ਲੈਂਦਾ ਏ ਯਾਰੋ ਪੈਸੇ ਲੈਂਦਾ ਤੇ ਤੁਸੀਂ ਪੈਸੇ ਲੈ ਲਓ ਤੁਸੀਂ ਵੀ ਪੈਸੇ ਲੈ ਲਓ ਆਪਣਾ ਹਾਈ ਲੈਵਲ ਬਣਾਓ ਆਪਣੀ ਮਿਹਨਤ ਕਰੋ ਜੇ ਤੁਸੀ ਤੁਹਾਨੂੰ ਫੇਮ ਮਿਲ ਜਾਵੇ ਤੁਸੀਂ ਵੀ ਪੈਸੇ ਲੈ ਲੈਣਾ ਤੋਂ ਲਿਹਾਜ਼ਾ ਕਿਸੇ ਦੇ ਬਾਰੇ ਐਵੇਂ ਬੁਰਾ ਭਲਾ ਮੇਰੇ ਤੇ ਖਿਆਲ ਨਹੀਂ ਕਰਨਾ ਚਾਹੀਦਾ ਬਾਕੀ ਕੋਈ ਨਾਰਾਜ਼ ਨਾ ਵੀ ਕਿਸੇ ਦੇ ਖਿਲਾਫ ਵੀ ਇਹ ਵੀਡੀਓ ਨਹੀਂ ਇੱਕ ਵੈਸੇ ਮੈਂ ਗੱਲ ਕਰ ਰਿਹਾ ਤੇ ਵੇਲੇ ਮੁੰਡੇ ਦੀ ਸ਼ਾਦੀ ਦੀ ਰੂਟੀਨ ਕੀ ਆਈ ਉਹਨਾਂ ਇੱਕ ਸ਼ਾਮ ਨੂੰ ਪਰਸੂ ਸ਼ਾਮ ਨੂੰ ਮਹਿੰਦੀ ਕੀਤੀ ਹੈ ਤੇ ਉਸ ਤੋਂ ਅਗਲੀ ਸ਼ਾਮ ਜਿਹੜਾ ਹੈ ਯਾਨੀ ਕਿ ਅਗਲੇ ਦਿਨ ਸ਼ਾਮ ਨੂੰ ਮਹਿੰਦੀ ਹੋਈ ਹੈ ਔਰ ਅਗਲੇ ਦਿਨ ਹੀ ਉਹਨਾਂ ਵਲੀਮਾ ਕਰਦੇ ਦਿਨ ਦੇ ਟਾਈਮ ਔਰ ਰਾਤ ਦੇ ਟਾਈਮ ਉਹਨਾਂ ਜਿਹੜਾ ਆਪਣਾ ਬਰਾਤ ਕਰ ਲਈ ਯਾਨੀ ਕਿ ਇੱਕ ਦਿਨ ਦੇ ਵਿੱਚ ਵਲੀਮਾ ਵੀ ਕਰ ਲਿਆ ਔਰ ਦੋਨਾਂ ਭਰਾਵਾਂ ਦੀ ਬਰਾਤ ਵੀ ਹੋ ਗਈ ਨਿਕਾਹ ਵੀ ਹੋ ਗਈ ਇੱਕ ਹਾਲ ਦੇ ਵਿੱਚ ਠੀਕ ਹੈ ਉਹ ਵਜਾ ਉਹਨਾਂ ਕੋਲ ਪੁੱਛ ਗਿਆ ਵਲੇ ਮੁੰਡਾ ਸਾਹਿਬ ਕੋਲ ਕਿ ਤੁਸੀਂ ਆਪਣੀ ਸ਼ਾਦੀ ਨੂੰ ਇੰਨਾ ਕਲੋਜ਼ ਕਿਉਂ ਕੀਤਾ ਇੰਨਾ ਛੋਟਾ ਕਿਉਂ ਕੀਤਾ ਤੋਨਾਂ ਦੱਸਿਆ ਕਿ ਜਿਹੜਾ ਨਾ ਤੁਹਾਨੂੰ ਪਤਾ ਹੈ ਮੈਂ ਸੋਸ਼ਲ ਮੀਡੀਆ ਤੇ ਮੇਰੀ ਬਹੁਤ شادی ਦੀਆਂ ਖਬਰਾਂ ਚੱਲ ਰਹੀਆਂ ਨੇ ਇਸੇ ਵਜ੍ਹਾ ਤੋਂ ਮੈਂ ਕੋਸ਼ਿਸ਼ ਕੀਤੀ ਆ ਕਿ ਆਪਣੀ ਸ਼ਾਦੀ ਤੋਂ ਜਿੰਨ ਸ਼ਾਦੀ ਨੂੰ ਜਿੰਨਾ ਹੋ ਸਕੇ ਕਲੋਜ਼ ਕੀਤਾ ਹੈ ਤੋਂ ਇੱਕ ਸ਼ਾਮ ਨੂੰ ਮਹਿੰਦੀ ਹੋਈ ਹੈ ਅਗਲੇ ਦਿਨ ਜਿਹੜਾ ਵਲੀਮਾ ਕੀਤਾ ਗਿਆ ਹੈ ਔਰ ਉਸ ਦਿਨੀ ਦੋਆ ਭਰਾਵਾਂ ਦਾ ਯਾਨੀ ਕਿ ਸ਼ਾਦੀ ਕਰ ਦਿੱਤੀ ਗਈ ਰੁਕਸਤੀ ਹੋ ਗਈ ਹੈ ਦੋਆ ਭਰਾਵਾਂ ਦੀ ਯਾਨੀ ਕਿ ਆਪਣੀ ਦੁਲਹਾਨਾ ਘਰ ਲੈ ਕੇ ਆ ਗਏ ਨੇ ਇੱਕ ਦਿਨ ਦੇ ਵਿੱਚ ਹੀ ਯਾਨੀ ਕਿ ਇੱਕ ਸ਼ਾਮ ਔਰ ਇੱਕ ਦਿਨ ਦੇ ਵਿੱਚ ਉਹਨੇ ਸ਼ਾਦੀ ক্লোਜ਼ ਕਰ ਦਿੱਤੀ ਹੈ ਕੀ وجہ ਹੈ ਕਿ ਲੋਕ ਜਾ ਕੇ ਤੰਗ ਕਰਦੇ ਨੇ ਯਾਰ ਅਗਰ ਲੋਕ ਤੰਗ ਨਾ ਕਰਨ ਤੇ ਯਾਰ ਉਹ ਇੱਕ ਹਾਈ ਲੈਵਲ ਦਾ ਬੰਦਾ ਹੈ ਚਾਰ ਪੰਜ ਦਿਨ ਸਕੂਨ ਆਪਣੀ ਸ਼ਾਦੀ ਸੈਲੀਬ੍ਰੇਟ ਕਰਦਾ ਤੋ ਠੀਕ ਹੁੰਦੇ ਕੋ ਟਾਈਮ ਸ਼ਾਮ ਲੈ ਕੇ ਜਾਣਾ ਚਾਹੀਦਾ ਬਿਲਾ ਵਜਾ ਹੁਣ ਮੇਰੇ ਤਾਂ ਨਜ਼ਦੀਕ ਹੈ ਲੇਕਿਨ ਮੈਂ ਅੱਜ ਤੱਕ ਹਾਲਾਂਕਿ ਮੋਟਰਸਾਈਕਲ ਤੇ ਮੈਂ ਉਹਨਾਂ ਕੋਲ ਜਾ ਸਕਣਾ ਲੇਕਿਨ ਨਹੀਂ ਗਿਆ ਕਿਉਂਕਿ ਮੈਂ ਉਹਨਾਂ ਦੇ ਕੋਲ ਟਾਈਮ ਨਹੀਂ ਲਿਆ ਮੇਰਾ ਉਹਨਾਂ ਕੋਈ ਕੋਈ ਉਹਨਾਂ ਨਾਲ ਰਾਬਤਾ ਨਹੀਂ ਮੇਰੀ ਕੋਈ ਦੁਆ ਸਲਾਮ ਨਹੀਂ ਬਿਲਾ ਵਜਾ ਜਾ ਕੇ ਉਹਨਾਂ ਤੰਗ ਕਰਨਾ ਇਹ ਮੁਨਾਸਬ ਹੀ ਕੋਈ ਨਹੀਂ ਤੋਂ ਮੇਰਾ ਭਾਈ ਐਵੇਂ ਹਰ ਕਿਸੇ ਦੇ ਬਾਰੇ ਅੱਛਾ ਸੋਚੋ ਅਗਰ ਤੁਸੀਂ ਹਰ ਕਿਸੇ ਦੇ ਬਾਰੇ ਅੱਛਾ ਸੋਚੋਗੇ ਨਾ ਤਾਂ ਅੱਲਾਹ ਤਾਲਾ ਤੁਹਾਡੇ ਬਾਰੇ ਦੇ ਵਿੱਚ ਨਾ ਲੋਕਾਂ ਦੇ ਦਿਲਾਂ 'ਚ ਮੁਹੱਬਤ ਪਾ ਦੇਗਾ ਤੋਂ ਅੱਲਾਹ ਤਾਲਾ ਮੇਰੀ ਦੁਆ ਹੈ ਵਿਲਾ ਮੁੰਡਾ ਭਾਈ ਨੂੰ ਔਰ ਮਲਕ रिजवान साहब न अल्लाह तला मजीद खुशियां ता फरमावे अल्लाह पाकर उन्होंने सलामत रखे ये खुशियाँ उन्होंने सलामत रहन और बड़ी बड़ी मेरी तरफ उन्होंने मुबारक हो गई बड़ी खूबसूरत उन्हें शादी की है और एक लड़की ने पूछा उन्होंने को सवाल किया है कि वेला मुंडा साहब तुसा इस शादी से कि खर्चा किया है उन्हें जवाब नहीं देता उन्होंने बस ठीक है काफ़ी खर्चा हो गया हालांकि वो तो फूत मार देता यार मेरा बेरा अरब इन्ना करोड़ खर्चा हो गया ਲੇਕਿਨ ਮੇਰੇ ਜਿਹੜਾ ਮੇਰੇ ਸਾਹਮਣੇ ਉਹਨੇ ਸਵਾਲ ਮੈਂ ਜਿਹੜੀ ਵੀਡੀਓ ਵੇਖੀ ਹੈ ਉਹਦੇ ਵਿੱਚ ਜਿਹੜਾ ਉਹਨੇ ਸਵਾਲ ਕੀਤਾ ਉਸ ਦੇ ਵਿੱਚ ਉਹਨੇ ਕੋਈ ਜਵਾਬ ਨਹੀਂ ਦਿੱਤਾ ਉਹਨੇ ਕਿਹਾ ਬਸ ਮੈਂ ਹਿਸਾਬ ਲਗਾ ਕੇ ਤੁਹਾਨੂੰ ਦੱਸਾਂਗਾ ਮਰ ਹਾਲ ਫਿਲਹਾਲ ਮੈਨੂੰ ਕੋਈ ਪਤਾ ਨਹੀਂ ਕਿੰਨਾ ਖਰਚਾ ਹੋ ਗਿਆ ਔਰ ਵਲੀਮੇ ਦੇ ਉੱਤੇ ਬੱਕਰੇ ਜ਼ਿਬਾ ਕੀਤੇ ਗਏ ਨੇ ਕਾਫੀ ਖਰਚਾ ਕੀਤਾ ਉਸ ਬੰਦੇ ਨੇ ਔਰ ਬੜੀ ਖੂਬਸੂਰਤ ਸ਼ਾਦੀ ਕੀਤੀ ਹੈ ਜ਼ਾਹਿਰ ਹੈ ਜੀ ਇੱਕ ਬੰਦੇ ਦੀ ਖੁਆਇਸ਼ ਹੁੰਦੀ ਹੈ ਸ਼ਾਦੀਆਂ ਰੋਜ਼ ਰੋਜ਼ ਨਹੀਂ ਹੁੰਦੀਆਂ ਔਰ ਸ਼ਾਦੀ ਦਾ ਜਿਹੜਾ ਵਕਤ ਹੁੰਦਾ ਹੈ ਬੜਾ ਖਾਸ ਹੁੰਦਾ ਹੈ ਬੰਦੇ ਦੀ ਜ਼ਿੰਦਗੀ ਦੇ ਵਿੱਚ ਔਰ ਬੰਦੇ ਦੇ ਬੜੇ ਬੜੇ ਦਿਲ ਦੇ ਵਿੱਚ ਤਮੰਨਾ ਹੁੰਦੀ ਆ ਜਾਂਦੀ ਹੈ ਕਿ ਬੰਦੇ ਦੀ ਸ਼ਾਦੀ ਹੋਵੇ ਬੰਦਾ ਕੀ ਕੁਛ ਕਰਦਾ ਆਪਣੇ ਵਾਸਤੇ ਤੇ ਅੱਲਾਹ ਪਾਕ ਉਹਨਾਂ ਨੂੰ ਸਲਾਮਤ ਰੱਖੇ ਅੱਲਾਹ ਪਾਕ ਹੁਣ ਕਿਉਂਕਿ ਉਹਨਾਂ ਦੋ ਭਾਈਆਂ ਦੀ ਸ਼ਾਦੀ ਹੋ ਗਈ ਹੈ ਅੱਲਾਹ ਪਾਕ ਉਹਨਾਂ ਨੂੰ ਜਿਹੜਾ ਪਹਿਲੇ ਤਿੰਨ ਭਾਈਆਂ ਦੇ ਵਿੱਚ ਪਿਆਰ ਸੀ ਮੇਰੀ ਇਹ ਦੁਆ ਹੈ ਕਿ ਅੱਲਾਹ ਪਾਕ ਉਹਨਾਂ ਦੇ ਵਿੱਚ ਉਹ ਹੁਣ ਸਲਾਮਤ ਰੱਖੇ ਕਿਉਂਕਿ ਸ਼ਾਦੀਆਂ ਹੋ ਜਾਂਣ ਬੰਦਿਆਂ ਦੀ ਬੰਦਿਆਂ ਦੇ ਮਸਰੂਫੀਅਤ ਵਧ ਜਾਂਦੀਆਂ ਨੇ ਵਿੱਚ ਬੇਗਮ ਆ ਜਾਂਦੀਆਂ ਨੇ ਤਤਵ ਬਨਾ ਉਸ ਬਿੱਲਾ ਉਹ ਭਰਾਵਾਂ ਨੂੰ ਲੜਾ ਵੀ ਦਿੰਦੀਆਂ ਨੇ ਤੇ ਉਹਨਾਂ ਭਰਾਵਾਂ ਦਾ ਵੇਖੋ ਮੈਂ ਉਹਨਾਂ ਦਾ ਕੋਈ ਯਾਨੀ ਕਿ ਐਡਾ ਫੈਨ ਕਿਸ ਕਿਹੜੀ ਵਜ੍ਹਾ ਤੋਂ ਇਸ ਵਜ੍ਹਾ ਤੋਂ ਆ ਕਿ ਉਹਨਾਂ ਤਿੰਨਾਂ ਭਰਾਵਾਂ ਦਾ ਪਿਆਰ ਬੜਾ ਹੈ ਉਹਨਾਂ ਤਿੰਨਾਂ ਭਾਈਆਂ ਦਾ ਪਿਆਰ ਵੇਖ ਕੇ ਜਿਹੜਾ ਨਾ ਮੈਨੂੰ ਉਹਨਾਂ ਨਾਲ ਇੱਕ ਮੁਹੱਬਤ ਹੈ ਯਾਰ ਇਤਨੇ ਭਾਈ ਕਿੰਨੀ ਮੁਹੱਬਤ ਨਾਲ ਰਹਿਂਦੇ ਨੇ ਇਸ ਮੁਹੱਬਤ ਦੀ ਸਾਨੂੰ ਜ਼ਰੂਰਤ ਹੈ ਆਪਣੇ ਭਰਾਵਾਂ ਨਾਲ ਉਹ ਮੀਆਂ ਮੁਹੰਮਦ ਬਖਸ਼ ਫਰਮਾਨਾ ਕਿ ਵੀਰ ਵੀਰਾਂ ਦੇ ਦਰਦ ਵੰਡਾਉਣ ਤੇ ਵੀਰ ਵੀਰਾਂ ਦੀਆਂ ਬਾਹਾਂ ਬਾਪ ਸਿਰਾਂ ਦੇ ਤਾਜ ਮੁਹੰਮਦ ਮਾਮਾ ਠੰਡੀਆਂ ਛਾਵਾਂ ਤੇ ਭਰਾ ਭਰਾਵਾਂ ਦੇ ਬਾਵਾ ਹੁੰਦੇ ਨੇ ਉਹ ਫਿਲਹਾਲ ਇੱਕ ਦੂਸਰੇ ਦੇ ਬਾਜ਼ੂ ਨੇ ਮਲਕ ਰਿਜ਼ਵਾਨ ਮਲਕ 우ਮੈਰ ਮਲਕ ਸ਼ਹਾਜ਼ਾਦ ਉਰਫ ਬਿਲਾ ਮੁੰਡਾ ਇੱਕ ਦੂਸਰੇ ਦੇ ਬਾਵਾ ਨੇ ਮੇਰੀ ਦੁਆ ਅੱਲਾ ਤਾਲਾ ਨੂੰ ਬਾਜ਼ੂ ਬਣਾ ਕੇ ਰੱਖੇ ਇੱਕ ਦੂਸਰੇ ਦੇ ਤੇ ਇਸੇ ਤਰ੍ਹਾਂ ਉਹਨਾਂ ਦਾ ਪਿਆਰ ਸਲਾਮਤ ਰੱਖੇ ਤੇ ਉਹਨਾਂ ਦੇ ਛੋਟੇ ਭਾਈ ਮਲਕ ਰਿਜ਼ਵਾਨ ਮਲਕ 우ਮੈਰ ਸਾਹਿਬ ਉਹਨਾਂ ਦਾ ਜੇ ਵਿਆਹ ਨਹੀਂ ਹੋਇਆ ਕਿਉਂਕਿ ਜੇ ਛੋਟੇ ਨੇ ਉਹਨਾਂ ਨਾਲ ਉਸੇ ਤਰ੍ਹਾਂ ਹੀ ਉਹਨਾਂ ਦੀ ਮੁਹੱਬਤ ਕਾਇਮ ਰਵੇ ਜਿਹੜਾ ਇੱਕ ਮਜ਼ਬੂਤ ਰਿਸ਼ਤਾ ਹੈ ਉਹਨਾਂ ਦਾ ਕਾਇਮ ਰਵੇ ਅੱਲਾ ਪਾਕ ਉਹਨਾਂ ਨੂੰ ਸਲਾਮਤ ਰੱਖੇ ਅੱਜ ਦੀ ਵੀਡੀਓ ਦਾ ਇੱਥੇ ਹੀ ਐਂਡ ਕਰਨੇ ਆਂ ਦੁਆਵਾਂ ਯਾਦ ਰੱਖਿਆ ਕਮਜੀਦ ਨੂੰ ਔਰ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਯਾਰ ਅਸਲਾਮੁਅਲੈਕਮ